ਗਲਾਸ ਗਲਾਸ ਦੇਖ ਲੈ ਕਿੰਨਾ ਚੌੜਾ। ਹਾਂ ਇੰਨਾ ਚੌੜਾ ਤਾਂ ਆਰਾਮ ਨਾਲ ਹੀ ਹੈ ਸੱਪ, ਮੈਂ ਆਪਦੀ ਅੱਖਾਂ ਨਾਲ ਦੇਖਿਆ ਨਾ ਖਾਸਾ ਮੋਟਾ ਲੱਗਿਆ ਤਾਂ ਇਹਦਾ ਦੇਖਿਆ ਸਿਰ ਤੇ ਹੱਥ ਦੇਖੀ ਦੋਨਾਂ ਪਾਸੇ ਧਰ ਲਿਆ ਵੀ ਸਿਰ ਜਿੰਨਾ ਚੌੜਾ ਹੈ ਮੋਟਾ ਹੈਗਾ ਫਿਰ। ਹਾਂ ਇੰਨਾ ਤਾਂ ਹੈਗਾ ਫਿਰ ਤਾਂ ਇਹਦਾ ਆਪਦੇ ਸਿਰ ਦੇ ਦੋਨਾਂ ਪਾਸੇ ਹੱਥ ਧਰ ਲਿਆ ਸੀ। ਸਿਰ ਕਿੰਨਾ ਚੌੜਾ ਤੇਰਾ, ਸਿਰ ਕਿੰਨਾ ਚੌੜਾ ਦੇਖ, ਹਾਂ ਅੱਧੇ ਫੁੱਟ ਦਾ, ਅੱਧਾ ਫੁੱਟ ਚੌੜਾ ਤਾਂ ਨਹੀਂ ਹੈਗਾ, ਗਲਾਸ ਜਿੰਨਾ ਮੋਟਾ ਹੈਗਾ, ਹਾਂ ਗਲਾਸ ਜਿੰਨਾ ਮੋਟਾ ਹੈਗਾ। ਬਾਹਲਾ ਡਬਲ ਉਹਦੇ ਬਾਹਲੀ ਸਪੀਡ, ਜਦੋਂ ਮੈਂ ਚਾਰ ਦੱਬਦਾ ਸੀ ਉਦੋਂ ਇੱਥੋਂ ਦੀ ਆਏ ਗਏ। ਹੋ ਕੀ ਦਿਖਾਵਾਂ ਇੱਕ ਕੀ ਹੈ, ਆਹ ਦੇਖ ਛਿੱਤਮ ਛਿੱਤਾ ਕੱਦੂ ਹਰਾ ਹੋਇਆ ਹੋਇਆ, ਹੈ ਕੱਦੂ ਹਰਾ ਹੋਇਆ ਹੋਇਆ ਛਿੱਤਮ ਛਿੱਤਾ ਇੱਕ ਕਿੱਥੇ, ਆਹ ਦੇਖ ਉਵੇਂ ਜਿੱਕਰੀ ਬੱਚੋ ਪਿਆ ਕੱਦੂ ਕੱਦੂ, ਇਹ ਕੀਤਾ ਹੈ ਓਏ ਕੱਦੂ ਹੀ ਹਰਾ ਹੋਇਆ ਹੋਇਆ ਸਿੱਧਾ ਸਿੱਧਾ ਕੱਦੂ ਚ ਵੇਲਾ ਹਰੀਆਂ ਹੋ ਗਈਆਂ, ਮਿੱਟੀ ਦੀ ਲੋੜ ਨਹੀਂ ਪਈ। ਓਏ ਆ ਤਾਂ ਕਮਾਲ ਹੋ ਗਈ ਯਾਰ, ਕੱਦੂ ਪਾੜ ਗਿਆ ਵਿਚਾਲੋ ਦੇਖੀ, ਉਹ ਤਾਂ ਵੇਲਾਂ ਨੇ ਪਾੜਿਆ ਹੋਰ ਦੋਵੇਂ ਪਾਸਿਓ ਦੋਹਾਂ ਪਾਸਿਓ, ਇਹਦੇ ਵਿੱਚੋਂ ਕੱਖ ਆਪਾਂ ਕੱਢ ਦੇਣੇ ਆ, ਇਹ ਕੱਦੂ ਖਵਾਉਣਗੀਆਂ, ਹਾਂ ਪਾਣੀ ਪੈਂਦਾ ਕਰ ਦਾਂਗੇ ਇਹਨਾਂ ਚ ਗੁੱਡ। ਪਰ ਇਸ ਤਰ੍ਹਾਂ ਵੇਲਾ ਕਿਤੇ ਦੇਖੀ ਨੀ ਹਰੀਆਂ ਹੋਈਆਂ, ਨਾ ਅਕੇਲੇ ਨੇ ਅਕੇਲੇ ਅਕੇਲੇ ਕਰ, ਹਾਂ ਨਹੀਂ ਕੋਈ ਦਿਖਾਵੇ ਇਸ ਤਰ੍ਹਾਂ ਵੇਲਾ ਕੱਦੂ ਹੋਈਆਂ। ਲੈ ਵੀ ਦੇਖੋ ਆ ਕੱਦੂ ਪਾੜ ਕੇ ਕੱਦੂ ਦੇ ਵਿੱਚੋਂ ਵੇਲਾਂ ਨਿਕਲੀਆਂ ਨੇ, ਜਿਹਨੇ ਕਹਿੰਦਾ ਵੀ ਸਾਬਤ ਕੱਦੂ ਪਿਆ ਸੀਗਾ ਬਚਾਓ ਪਾੜ ਕੇ ਵੇਲਾਂ ਹਰੀਆਂ ਵਾ, ਤੇਰਾ ਕੈਂਪ ਡਿੱਗੂਗਾ ਕੱਦੂ ਪਾੜ ਕੇ ਆਪਦੀਆਂ ਵੇਲਾਂ ਆ ਗਈਆਂ ਬਾਰੇ। ਹੈਲੋ ਦੋਸਤੋ, ਗੁੱਡ ਮਾਰਨਿੰਗ, ਵੈਲਕਮ ਟੂ ਮਾਈ ਨਿਊ ਬਲੌਗ, ਕਿਵੇਂ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ। ਸੋ ਹਾਂ ਤਾਂ ਇਹ ਪਾਣੀ ਪੈਂਗਾ, ਹਾਂ ਪੀ ਲੈ ਤੂੰ ਪਾਣੀ, ਠੰਡ ਹੋ ਗਈ, ਠੰਡ ਹੋ ਗਈ ਅੱਜ, ਮਾਤਾ ਨੇ ਠੰਡ ਕਰੀ ਆ, ਮਾਤਾ ਨੇ ਠੰਡ ਕਰਤੀ ਬਾਈ ਤਾਇਆ ਕਹਿੰਦਾ। ਸੋ ਅੱਜ ਜਿਹੜਾ ਆਪਣਾ ਪੌਦਾ ਵਾਲਾ ਥਾਂ ਆ ਉਹ 'ਚੋਂ ਪੌਦ ਪੱਟ ਕੇ ਥੋੜ੍ਹੀ ਜਿੰਨਾ ਕੁ ਥਾਂ 'ਚੋਂ ਲੱਗ ਜੂ ਹੈਗੀ ਆ, ਮੈਨੂੰ ਲੱਗਦਾ 7-8 ਬਿਸਵੇ ਉਨੇ ਕੁ ਥਾਂ ਦੀ ਪੌਦ ਪੱਟ ਕੇ ਬਾਕੀ ਸਾਰੀ ਪੌਦ ਵੱਢ ਕੇ ਬਾਹਰ ਸਿੱਟਾਂਗੇ। ਹੁਣ ਉਹਦੇ ਵਿੱਚ ਆਪਾਂ ਜੀਰੀ ਲਾਉਣੀ ਹੈ, ਮੈਂ ਤਾਂ ਤਾਇਆ 2 ਖੇਤ ਆ, ਡੈਡੀ ਅੱਜ ਗਿਆ ਹੋਇਆ ਕਿਸੇ ਦੇ ਚਾਰ ਪਵਾਉਣ। ਠੰਡ ਵੀ ਪੂਰੀ ਵਧੀਆ ਹੋ ਗਈ, ਜਾਣੀ ਕਿ ਗਰਮੀ ਮਹਿਸੂਸ ਨਹੀਂ ਹੁੰਦੀ, ਆਲੇ ਦੁਆਲੇ ਬੱਦਲ ਵਾਈ ਹੋਈ ਪਈ ਆ ਕਿਉਂਕਿ ਮੰਗਲਵਾਰ ਤੋਂ ਮੀਂਹ ਸਟਾਰਟ ਦੱਸਿਆ ਸੀ ਵੀ ਲਗਾਤਾਰ ਹਫ਼ਤਾ 10 ਮੀਂਹ ਪੈਣੀ ਪੈਣਾ। ਚਲੋ ਕਿਤੇ ਘੱਟ ਪੈ ਗਿਆ ਕਿਤੇ ਵੱਧ ਪੈ ਗਿਆ, ਹੈ ਨਾ, ਜਾਂ ਪਵੇ ਨਾ ਪਵੇ, ਪਰ ਠੰਡ ਹੋ ਗਈ ਇਹੀ ਸਾਰਿਆਂ ਨਾਲੋਂ ਵੱਡੀ ਗੱਲ ਹੈ, ਨਹੀਂ ਤਾਂ ਗਰਮੀ ਦੇ ਵਿੱਚ ਬਹੁਤ ਪਰੇਸ਼ਾਨੀ ਹੈ, ਗਰਮੀ ਦੇ ਵਿੱਚ ਕੰਮ ਕਰਨਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ, ਜ਼ਿਆਦਾ ਧੁੱਪ ਪਾਣੀ ਵੀ ਤੱਤਾ ਹੋਇਆ, ਹੁਣ ਤਾਂ ਪਾਣੀ ਵੀ ਠੰਡੇ ਹੋਏ ਪਏ ਨੇ, ਮੌਸਮ ਵੀ ਠੰਡਾ, ਆਰਾਮ ਨਾਲ ਬੈਠੇ ਪੌਦ ਪੱਟੀ ਗਏ, ਕੋਈ ਦਿੱਕਤ ਵਾਲੀ ਗੱਲ ਨਹੀਂ। ਹੁਣ ਪਾਣੀ ਪੀ ਕੇ ਦੁਬਾਰੇ ਲੱਗ ਰਹੇ, ਤਾਇਆ ਗਿਆ ਪੰਨੀ ਜੀ ਲੈਣ, ਉਹ ਜਿਹਦੇ ਨਾਲ ਆਪਾਂ ਪੌਦ ਬੰਨਣੀ ਹੁੰਦੀ ਹੈ, ਗੁੱਟੀਆਂ ਬਣਾਉਣੀਆਂ ਨੇ। ਬਾਹਲਾ ਡਬਲ ਉਹਦੇ ਬਾਹਲੀ ਸਪੀਡ, ਜਦੋਂ ਮੈਂ ਚਾਰ ਦੱਬਦਾ ਸੀ ਉਦੋਂ ਇੱਥੋਂ ਦੀ ਆਏ ਗਏ। ਹੈਂ ਬਾਬਾ ਇਹਨਾਂ ਦਾ ਸਮਾਧ ਵਾਲਾ, ਇਹ ਕਹਿੰਦੇ ਸੀ ਮਾਰਨਾ, ਮੈਂ ਮਾਰਨਾ ਨਹੀਂ ਹੈਗਾ, ਬਾਬਾ ਤਾਂ ਇੰਨੀ ਦੂਰ ਕੀ ਕਰਨ ਆਉਂਦਾ, ਹਾਂ ਉਹਦਾ ਸਮਾਧ, ਉਦੋਂ ਤਾਂ ਸਮਾਧ ਦੇ ਕੋਲੇ ਕੋਲ ਹੀ ਰਹੂਗਾ, ਹਾਂ ਇੰਨੀ ਦੂਰ ਨਹੀਂ ਆਉਂਦਾ ਹੈਗਾ ਉਹ। ਲੰਘੂਗਾ ਲੰਘੂ ਤਾਂ ਉਹ ਮੱਕੀ ਵਿੱਚ ਵੜੂ, ਇਦੂ ਬਾਅਦ ਤਾਂ ਪਹੀ ਵੀ ਦੀ ਇੱਧਰੋਂ ਹੀ ਆਉਣਾ ਹੁੰਦਾ ਹੈ ਜੀ, ਦੇਖਿਆ ਮੈਂ ਇੱਕ ਵਾਰੀ ਆ ਉਹ ਤਾਇਆ, ਜੇ ਤੂੰ ਐਂ ਕਹੇ ਵੀ ਪਤਾ ਨਹੀਂ ਐਂ ਵਿੱਚ ਗੜਿਆ ਬੈਠਾ ਹੈ, ਇਹ ਤਾਂ ਤੂੰ ਦਿਲ ਚੋਂ ਗੜ ਦੇ, ਨਾ ਉਹਦਾ ਉਰੋਂ ਨਿਕਲ ਗਿਆ, ਪਹਿਲਾਂ ਸਿੱਟੇ ਐਡਾ ਵੱਡਾ ਨਿਕ ਨਾਗ ਖੱਟ ਖੁੱਟ ਨਾ ਹੋਵੇ, ਜਾ ਕਾਲਾ ਸੀ ਕਿ ਪੀਲਾ ਸੀ, ਪੀਲਾ ਪੀਲਾ ਤਾਂ ਮੈਂ ਦੇਖਿਆ, ਫਿਰ ਉਹ ਤੁਹਾਨੂੰ ਦੱਸ ਜਾਣਾ ਤਾਂ ਖਾਸਾ ਮੋਟਾ ਲੱਗਿਆ ਤਾਂ ਇਹਦਾ ਦੇਖਿਆ ਸਿਰ ਤੇ ਹੱਥ ਦੇਖੀ ਦੋਨਾਂ ਪਾਸੇ ਧਰ ਲਿਆ ਵੀ ਸਿਰ ਜਿੰਨਾ ਚੌੜਾ ਹੈ, ਗਲਾਸ ਜਿੰਨਾ ਦਾ ਮੋਟਾ ਹੈਗਾ ਫਿਰ, ਹਾਂ ਇੰਨਾ ਤਾਂ ਹੈਗਾ ਫਿਰ, ਤਾਂ ਇਹਦਾ ਆਪਦੇ ਸਿਰ ਦੇ ਦੋਨਾਂ ਪਾਸੇ ਹੱਥ ਧਰ ਲਿਆ ਸੀ, ਸਿਰ ਕਿੰਨਾ ਚੌੜਾ ਤੇਰਾ, ਹੈਂ ਸਿਰ ਕਿੰਨਾ ਚੌੜਾ ਦੇਖ, ਹਾਂ ਅੱਧੇ ਫੁੱਟ ਦਾ, ਅੱਧਾ ਫੁੱਟ ਚੌੜਾ ਤਾਂ ਨਹੀਂ ਹੈਗਾ, ਗਲਾਸ ਜਿੰਨਾ ਮੋਟਾ ਹੈਗਾ, ਹਾਂ ਗਲਾਸ ਜਿੰਨਾ ਮੋਟਾ ਹੈਗਾ, ਇਹ ਗੱਲ ਮੈਂ ਮੰਨਦਾ, ਫਿਰ ਡਬਲ ਵੀ ਇਹਦਾ 8-9 ਫੁੱਟ ਦਾ ਸੱਪ ਆ ਉਹ, ਹਾਂ 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 ਪਰ ਧਰਤੀ ਇਹਨਾਂ ਦੀ ਆ ਬਈ।
ਕਿਤੇ ਵੀ ਰਹਿ ਸਕਦਾ। ਮੈਂ ਕਹਿੰਦਾ ਵੀ ਐਂ ਫੜ ਤਾਂ ਕਰਕੇ ਦੇ ਰਿਹਾ, ਉਰਲੇ ਪਾਸੇ ਫੜ ਤਾਂ ਲੈ, ਫਿਰ ਵੀ ਆਪਦੇ ਪਾ ਜਾਂਦਾ ਵਿੱਚ ਡਿੱਗ ਗਿਆ ਖਾਲ, ਫਿਰ ਡਿੱਗ ਕੇ ਫਿਰ ਤਾਂ ਚੜਿਆ। ਫਿਰ ਖਾਲ ਤਾਂ ਟੱਪਿਆ ਨਹੀਂ ਜਾਂਦਾ ਤਾ ਯਾਰ, ਖਾਲ ਕਿੱਥੇ, ਖਾਲ ਤਾਂ ਪਤਲੇ ਤੋਂ ਵੀ ਨਹੀਂ ਟੱਪਿਆ ਜਾਂਦਾ। ਮੈਂ ਨਾ ਫੜਾ ਐਂ ਧਰਿਆ ਸੀ ਖਾਲ ਦੇ ਉੱਤੇ ਉਰਲੇ ਪਾਸੇ, ਐਂ ਛੱਕ ਕੇ ਫੜ ਤਾਂ, ਫਿਰ ਵੀ ਸਮੇਂ ਵੀ ਫੜ ਤਾਂ ਚੱਕ ਕੇ ਧਰ ਲਿਆ। ਗਲਾਸ ਗਲਾਸ ਦੇਖ ਲਾ ਕਿੰਨਾ ਚੌੜਾ, ਹਾਂ ਇੰਨਾ ਚੌੜਾ ਤਾਂ ਆਰਾਮ ਨਾਲ ਹੀ ਆ ਸੱਪ, ਮੈਂ ਆਪਦੀ ਅੱਖਾਂ ਨਾਲ ਦੇਖਿਆ ਨਾ। ਲੰਘੂ ਹੁਣ ਉੱਥੋਂ ਦੀ ਉਹ, ਹੁਣ ਪਹੀ ਕ੍ਰੋਸ ਕਰਕੇ ਮੱਕੀ 'ਚ ਵੜੂ ਆਪਣੀ ਜੋ ਪਾਣੀ ਨਾ ਲਾਉਣਾ ਹੋਵੇ ਕਿਸੇ ਜੀਰੀ ਨੂੰ, ਮੈਂ ਤੁਹਾਨੂੰ ਇਹ ਕਹਿੰਦਾ ਵੀ ਡੱਕ ਦੇ, ਫਿਰ ਅਸੀਂ ਤੇਰੇ ਚਾਲੇ ਤੇ ਆ ਰਹੇ ਹਾਂ। ਚਾਰ ਨੂੰ ਵਾਢਾ ਲਾ ਜੀ ਉਦੋਂ ਨੂੰ ਮੱਕੀ ਦਾ ਜੂੜ ਵੱਢਦੀ ਹੈ, ਚੱਕਦਾ ਕਰਾਂਗੇ ਦੋ ਭਰੀਆਂ ਹੋਰ, ਆਪਾਂ ਤਾਂ ਚੱਕਦਾ ਨੀ ਉਹ ਅੱਗੇ ਕਹਿੰਦਾ ਉਹ ਬਾਲੇ ਹੋ ਗਏ ਉਹਨੂੰ ਪਤਾ ਹੀ ਮਕਾਉਣਗੇ। ਹਾਂ ਕੁਛ ਨਹੀਂ ਹੁੰਦਾ, ਨਾਲ ਹੀ ਤੇਰੇ ਵਾਲੀ ਤਾਈ ਨੂੰ ਕਹਿੰਦੇ ਭਰ ਲਿਆ ਕਰ ਰੇੜੀ, ਠੋਕ ਲੱਦ ਕੇ ਪਿੰਡ ਨੂੰ ਨਜ਼ਾਰਾ ਆ ਜੂਗਾ ਵੀ ਵੱਢਣ ਦਾ ਉਹ ਹੈ। ਉਹ ਤਾਂ ਹਜੇ ਹੋਰ ਬੀਜਣ ਨੂੰ ਕਹਿੰਦਾ ਅੱਧੇ ਤੱਕ, ਕਹਿੰਦਾ ਵੀ ਜਦੋਂ ਵਾਢਾ ਲੱਗ ਗਿਆ ਅੱਧੇ ਹੋਰ ਬੀਜ ਦਾਂਗੇ। ਉਹ ਐਂ ਕਹਿੰਦਾ ਸੀ ਕਹਿੰਦਾ ਜਿਹੜੇ ਮੈਂ ਮਾਗਰ ਕੱਖ ਬੀਜੂਗਾ ਨਾ ਤੁਹਾਡੇ ਕੋਲ ਕੱਖ ਨੀ ਹੋਣੇ, ਵੀ ਕਹਿੰਦਾ ਹੁਣ ਮਗਰੋਂ ਵੱਢ ਕੇ ਲੈ ਗਏ ਦੋ ਥੱਬੇ, ਅਸੀਂ ਲਾ ਲਾਂਗੇ ਚਾਰ ਨੂੰ ਵਾਢਾ, ਠੀਕ ਹੈ। ਕਹਿੰਦਾ ਤੇਰੇ ਡੰਗਰ ਭੁੱਖੇ ਮਾਰੇ, ਮੇਰੀ ਵੀ ਨਾਲ ਸੋਚ ਕਰਦਾ ਕਹਿੰਦਾ ਹੋ ਆਪਣੀ ਐਡੀ ਸੋਚ ਨਹੀਂ, ਹੈਂ ਭਾਈਆਂ ਵਾਂਗੂ ਰੱਖਦਾ ਸਾਰਾ ਦਿਨ, ਆਪਾਂ ਤਾਂ ਨਹੀਂ ਸੋਚਦੇ। ਹੁਣ ਦੇਖੋ ਉਹਨੇ ਕਹਿਤਾ ਕਹਿੰਦਾ ਜਿੰਨੇ ਦਿਨ ਬਾਹਰ ਕੱਖ ਨੂੰ ਉਨੇ ਦਿਨ ਲਿਆਓ, ਜਿਹਦੇ ਉੱਧਰੋਂ ਮੁੱਕ ਗਏ ਇੱਕ ਭਰੀ ਕੱਖਰੀ ਖੜੀ ਆ, ਆਹ ਮੱਕੀ ਖੜੀ ਆ। ਹਾਂ ਆਏ ਆਏ ਪਰ ਹੀਲਾ ਤਾਂ ਤਾਂ ਹਰ ਇੱਕ ਚੀਜ਼ ਦਾ ਚਾਹੀਦਾ ਚਾਹੀਦਾ। ਮੈਨੂੰ ਕਹਿੰਦਾ ਸੀ ਕਹਿੰਦਾ ਤਾਂ ਮੈਨੂੰ ਕਿਹਾ ਨਹੀਂ, ਆਪਾਂ ਲੰਬੀ ਥੋੜ੍ਹੀ ਘੱਟ ਸੋਚ ਨਹੀਂ, ਤਾਂ ਕਹਿੰਦਾ ਮੈਨੂੰ ਕਿਤੇ ਕੱਖ ਬਾਰੇ ਕਿਹਾ ਨਹੀਂ। ਕਹਿੰਦਾ ਮੈਨੂੰ ਪਤਾ ਹੁੰਦਾ ਵੀ ਆਹ ਮਹੀਨੇ ਦੇ ਕੱਖ ਮੁੱਕਣਗੇ ਉਹਨਾਂ ਨੂੰ, ਉਹ ਮਹੀਨੇ ਦਾ ਕਹਿੰਦਾ ਮੈਨੂੰ ਇੰਤਜ਼ਾਮ ਕਰਕੇ ਰੱਖਣਾ ਪੈਂਦਾ, ਲਿਹਾਜ਼ਾਂ ਵੀ ਫੇਰੀ ਚੱਲਦੀਆਂ ਹਨ। ਇੱਕ ਹਫ਼ਤੇ ਨੂੰ ਰੁੱਕ ਕੱਖਾਂ ਦਾ ਨਹੀਂ ਮਿਲਣਾ ਕਿਤੋਂ, ਹਾਂ ਮੱਕੀਆਂ ਦੇ ਚਾਰ ਪੈ ਕੇ ਫਿਰ ਨਹੀਂ ਮਿਲਦਾ, ਕਿਤੇ ਨਹੀਂ ਮਿਲਦਾ, ਬੱਟਾਂ ਦੇ ਚ ਰੁਪਏ ਕਰ ਦਿੰਦੇ ਨੇ। ਜੀਰੀਆਂ ਚੋਂ ਬੁੱਝੇ ਹਰੇਕ ਪੱਟ ਦੂਗਾ, ਸਭ ਕੁਛ ਕਲੀਅਰ ਕਰ ਦੇਣਗੇ ਸਭ ਅੱਠ ਮੈਨੂੰ, ਅੱਜ ਆਹ ਸੜਕਾਂ ਤੋਂ ਵੱਢਣੀਆਂ ਵੱਢਣੀਆਂ, ਇਹ ਕਿੰਨਾ ਚਿਰ ਰਹਿ ਜਾਣਗੇ, ਇਹ ਕਿੰਨਾ ਕੁ ਚਿਰ ਰਹਿਣਗੇ, ਵਿੱਚ ਤਾਂ ਖਾਲਾ ਦੇ ਸੜਕਾਂ 'ਤੇ ਵੀ ਰਹਿਣ ਦੇ ਉੱਤੇ ਮਾਰਦੇ ਸਿਰ ਪਏ। ਹੁਣ ਜਿਵੇਂ ਭੜੀਆਂ ਤਾਂ ਭੜੀ ਤੇਰਾ ਅਗਲਾ ਮਾਰ ਹੀ ਦਿੰਦਾ ਸਪਰੇ, ਮਾਰ ਦਿੰਦਾ ਠੰਡ ਹੋ ਗਈ ਤਾਂ ਯਾਰ, ਹੋਰ ਤਾਂ ਗੱਲਾਂ ਨਹੀਂ, ਗੱਲਾਂ ਨਜ਼ਾਰਾ ਆ ਰਿਹਾ ਚੱਲ ਕੇ, ਹੈਂ ਬਾ ਚੱਲ ਕਿੱਥੇ ਬੰਨੀਆਂ ਗੁੱਟੀਆਂ, ਜੇ ਆਪਾਂ ਤੂੰ ਇਹ ਕੰਮ ਨਾ ਕਹੂਗਾ ਦੋ ਤੇ ਕਰਿਆ ਕੀ ਆ, ਮਗਰ ਨਾ ਬਾਈ ਜੇ ਪਰ ਵੱਢ ਕੇ ਬਾਹਰ ਮਾਰ, ਉਹਦੇ ਆਉਂਦੇ ਨੂੰ ਵਿਹਲਾ ਕਰ ਦਈਏ, ਮਿਹਨਤ ਪਾ ਦੇ ਚਾਹ ਆਪ ਪਾ ਕੇ ਬੰਦ ਕਰ ਲੱਗ ਗਿਆ ਜੱਗ, ਚੱਕ ਭਾਈ ਬਸ ਪਾ ਲਾ ਹੁਣ ਜਿਹੜੀ ਹੈਗੀ ਬਸ ਫਤਿਹ ਬੁਲਾ ਦੇ ਹੁਣ, ਤਾਂ ਆਪਣਾ ਅੱਧਾ ਕਿੱਲਾ ਜਿਹਾ ਪੂਰਾ ਸੋਹਣਾ ਚੱਲਿਆ ਹੈ ਨਾ, ਆਹ ਇਹਦਾ ਬਹੁਤ ਵਧੀਆ ਉੱਦੇ ਲੈ ਲਿਆ ਪੰਗਾ ਇਹਦੇ ਨਾਲ, ਮੈਂ ਜਿੱਦੇ ਤੂੰ ਕਹਿ ਸੀ ਤਾਂ ਅੱਧਾ ਘੰਟਾ ਫਹਿ ਜਾ, ਹਾਂ ਦੇਖਿਓ ਵੱਟ ਤੇ ਚਲੀ ਵਾਲੀ ਕਿਹੜੀ ਲੋੜ ਬਣਾਈ ਪਈ ਆ, ਨਾ ਮੈਂ ਦੇਖੀ ਆਪਾਂ ਗਏ ਤਾਂ ਹੈ ਨਹੀਂ ਗਿੱਲਾ ਦੀ, ਤੇ ਸਾਰਾ ਉਹ ਆਦਾਲਾ ਵੱਢ ਕੇ ਉਹ ਖੂੰਜੇ 'ਚ ਮਾਰੇ ਕੱਖ ਸਾਰੇ ਚੱਕ, ਤੂੰ ਕਹਿੰਦੀ ਗਰਮੀ ਵਾਲੀ ਉਹਦੇ ਮੱਛਰ ਨੇ ਖਾ ਲਿਆ, ਮੈਂ ਹਾਂਜੀ ਕਿਹੜੀ ਲੋੜ ਖਾਧੇ ਇਕੱਠੇ, ਹਾਂਜੀ
ਲਾਲ ਕਰਤੇ ਭੈਣੇ ਮੈਨੂੰ ਤੇਰਾ ਪਾਪਾ ਕਹਿੰਦਾ ਹਾਂ ਹਾਂ ਤੇਰਾ ਪੰਗਾ ਲੈਣ ਦਾ ਹੱਕ ਹੀ ਨਹੀਂ ਸੀ ਕਹਿੰਦਾ ਉਹਨੂੰ ਕਹਿੰਦਾ 19 ਆਪਾਂ ਵੱਡਿਆ ਕਰਦੇ ਮੱਖੀ ਮਹਾ ਮੱਖੀ ਡੂੜੀ ਮਹੀਨਾ ਨਹੀਂ ਵੜਦਾ ਡੂੜੀ ਮਹੀਨੇ ਜਾਣਗੇ ਕੱਖ ਮਖਾ ਭੈਣੇ ਜਿਰੀ ਚ ਕਿੱਥੇ ਆਹ ਜਿਹੜਾ ਹੁਣ ਜੈਂਕ ਲੋਹਾ ਪਾਇਆ ਆਪਾਂ ਨੇ ਇਹਨੇ ਬਾਲਾ ਕੰਮ ਕਰੇ ਕੀ ਚ ਪਾਇਆ ਭਾਈ ਜੀਰੀ ਚ ਇਹ ਚ ਪਾਇਆ ਕੱਲੇ ਚ ਆ ਕੇ ਪਾਇਆ ਕੱਲੇ ਚ ਪਾਇਆ ਚ ਇਹ ਚ ਵੀ ਪਾਇਆ ਹੈਗਾ ਹਾਂ ਤੇ ਉੱਥੇ ਜੱਗੀ ਵਾਲੇ ਚ ਪਾਇਆ ਹਾਂ ਪੂਰਾ ਕੰਮ ਕਰਿਆ ਨੇ ਜੀਰੀ ਦੇ ਨਾਲ ਕਹੇ ਜੇ ਬੂਝਾ ਬਣਾ ਤਾ ਜਿਹੜੀ ਤੈ ਲਾਈ ਦੀ ਉਹਦੇ ਨਾਲ ਹੀ ਰਲਾਦੀ ਹੈ ਹਾਂ ਨਾਲ ਰਲਦੀ ਹੈ ਕੋਈ ਚੰਗੀ ਪਾੜੀ ਦਾ ਪਤਾ ਨਹੀਂ ਲੱਗਦਾ ਬਈਆਂ ਦੀ ਗੱਲ ਸਹੀ ਤਾਂ ਹੈਗੀ ਆ ਵੀ ਜੇ ਮਾੜੀ ਸਿੱਧੀ ਹੋਊਗੀ ਬੂਝਾ ਵਧੀਆ ਬਣਾਉਂਦੀ ਬੂਝਾ ਵਧੀਆ ਬਣਾਉਂਦੀ ਹੈ ਵੀ ਬਾਲੀ ਸੰਗੜੀ ਦਾ ਕੋਈ ਫਾਇਦਾ ਨਹੀਂ ਵੇਦ ਪਊਗਾ ਇਹ ਨਹੀਂ ਪਤਾ ਜਿਹੜੀ ਆਪਾਂ ਨੇ ਲਾਈ ਉਹਨੂੰ ਮੇਰੀ ਵੇਦ ਪਏ ਇਹਨੂੰ ਪਏ ਬੇਰਾ ਕੋਈ ਆਪਾਂ ਐ ਕਹਿੰਦੇ ਵੀ ਜਦੋਂ ਚੱਲਦੀ ਆ ਉਦੋਂ ਸੋਹਣੀ ਲੱਗੇ ਸੋਹਣੀ ਲੱਗੇ ਉਹ ਕਹਿੰਦੇ ਨੇ ਵੀ ਜਦੋਂ ਬੂਝਾ ਬਣ ਸੋਹਣੀ ਉਦੋਂ ਲੱਗੂਗੀ ਹੁਣ ਆ ਲਾਈ ਤੀ ਆ ਜੀਰੀ ਤੇ ਆਪਣੀ ਜੀਰੀ ਦਾ ਫਰਕ ਨਹੀਂ ਨਾਲੇ ਛੱਡ ਗਈ ਇਹਨੂੰ ਤਾਂ ਨਾਲੇ ਪਹਿਲਾਂ ਲੱਗੀ ਹੋਈ ਆ ਹਾਂ ਇਹਨੂੰ ਤਾਂ ਛੱਡ ਗਈ ਇਹ ਪਹਿਲਾਂ ਸੋਹਣੀ ਲੱਗਦੀ ਸੀ ਹਾਂ ਹੁਣ ਆ ਸੋਹਣੀ ਲੱਗੂਗੀ ਅੰਬਾਲਾ ਫਰਕ ਆ ਇਹ ਹੋਰ ਕਰਦੇ ਨੇ ਇਹ ਚੁੰਝਾਂ ਹੀ ਲਾਉਂਦੇ ਨੇ ਚੁੰਝਾਂ ਹੀ ਮਾਰਦੇ ਨੇ ਜਿਵੇਂ ਹੁਣ ਜਿਹੜਾ ਵੱਡਾ ਕੰਗਾ ਸੀ ਉਹਦੇ ਮੇਰੇ ਕੋਲੇ ਦੀ ਬਚਾਵਾਂ ਪਾ ਫੜਿਆ ਨਹੀਂ ਕਿਸੇ ਨੇ ਉਹ ਕਹਿੰਦੇ ਵੀ ਇਹਦਾ ਕਹਿੰਦੇ ਜ਼ੋਰ ਲਵਾਉਂਦਾ ਜ਼ੋਰ ਲਵਾਉਂਦਾ ਉਹ ਜਦੋਂ ਹੈਗੀ ਆ ਕੰਮ ਜਦੋਂ ਵਿਚਾਲੇ ਧਰ ਲਿਆ ਉਹ ਖੱਖੜੀ ਵਾਂਗੂ ਪਾੜ ਦਿੰਦਾ ਕੇਰਾਂ ਜੀ ਲੈ ਜਾਂਦਾ ਭਾਵੇਂ ਅੱਧੀ ਟਰਾਲੀ ਅੱਧੀ ਇੱਧਰ ਪਾੜ ਦੇ ਅੱਧੀ ਇੱਧਰ ਪਾੜ ਦੇ ਜਾ ਦੇ ਟਰੈਕਟਰ ਚ ਖਤਮ ਕਹਾਣੀ ਜ਼ੋਰ ਨਹੀਂ ਲਾ ਕੇ ਰਾਜੀ ਲੋਕ ਤਾਇਆ ਬਹੁਤ ਪੱਟਣ ਲੱਗਿਆ ਹੋਇਆ ਬਾਈ ਇਹਦੇ ਵਿੱਚ ਕੁਛ ਤਾਂ ਅਸੀਂ ਪੱਟਤੀ ਸੀ ਉਹ 9-10 ਗੁੱਟੀਆਂ ਪੱਟੀਆਂ ਪਈਆਂ ਨੇ ਖਾਲ 'ਚ ਆਹ ਜਿਹੜੀ ਸਾਰੀ ਆ ਟਾਮੀ ਟਾਮੀ ਜੀ ਦਿੰਦੀ ਆ ਬਿਲਡੀ ਬਿਲਡੀ ਜੀ ਆਲਾ ਦਾਲਾ ਸਾਰਿਆਂ ਤੋਂ ਕਹੀ ਨਾਲ ਦਾਤੀ ਨਾਲ ਵੱਢਣੀ ਪਊ ਆਪਾਂ ਨੂੰ ਉਦੋਂ ਬਾਅਦ ਇਹਦਾ ਕੱਦੂ ਕਰਾਂਗੇ ਕੱਦੂ ਕਰਕੇ ਫਿਰ ਇਹ ਸਾਰੀ ਲਾਉਣੀ ਪਊ ਤਾਇਆ ਪੱਟੀ ਜਾਂਦਾ ਬਹੁਤ ਕਿਉਂ ਤਾਇਆ ਪੱਟਤੀ ਬਾਅਦ ਪੱਟੀ ਜਾਂਦੇ ਹਾਂ ਇਹ ਬਿਨਾ ਪਾਣੀ ਤੋਂ ਪੱਟਣੀ ਥੋੜੀ ਜਿਹੀ ਔਖੀ ਹੈ ਨਾ ਹਾਂ ਪਾਣੀ ਤੋਂ ਧੋਤੀ ਨਹੀਂ ਜਾਂਦੀ ਕਰੜੀ ਆ ਥੋੜੀ ਜੀ ਥੋੜੀ ਟਾਈਟ ਆ ਆਦੇ ਆ ਤਾਂ ਲੱਗੀ ਪਈ ਆ ਇਹਨੂੰ ਤਾਂ ਹੀ ਪਾਣੀ ਲਾ ਦਾਂਗੇ ਆਦੇ ਹੋਰ ਹਰੀ ਹੋ ਗਈ ਲੱਗ ਜੂ ਆਈ ਇਹ ਇਹ ਬੱਲੀਆਂ ਜਾਂ ਇੱਥੇ ਕੱਢ ਜੂਗੀ ਇਹ ਬੂਝਾ ਨਹੀਂ ਬਣੂਗੀ ਠੀਕ ਹੈ ਪੱਟਕੀ ਲਾਉਣੀ ਪਊ ਤਾਂ ਪੱਟਕੀ ਲਾਉਣਾ ਪੈਂਦਾ ਬੂਝਾ ਕਿਰਾ ਹਾਂ ਅਸੀਂ ਬਾਈ ਹੁਣ ਇਹਦੀ ਸ਼ੁਰੂ ਕਰਦੇ ਆਪਾਂ ਕਟਾਈ ਉਹ ਨਿੱਕ ਤਾਂ ਵੱਢਤੀ ਆਪਾਂ ਹੁਣ ਆਲੇ ਦੁਆਲੇ ਸਾਰੀ ਵੱਢਣੇ ਦਾਤੀ ਨਾਲ ਇਹ ਫਿਰ ਵੱਢ ਕੇ ਇਹਨੂੰ ਬਾਹਰੇ ਸੁੱਟਾਂਗੇ ਫਿਰ ਜਿਹੜੀਆਂ ਇੱਟਾਂ ਪਈਆਂ ਨੇ ਇੱਟਾਂ ਵੀ ਬਾਹਰੇ ਕੱਢ ਕੇ ਧਰਾਂਗੇ ਫਿਰ ਇਹਦਾ ਕੱਦੂ ਕਰਾਂਗੇ ਫਿਰ ਕਿਤੇ ਜਾ ਕੇ ਝੋਨਾ ਲੱਗੂ 9:15 ਖੇਤਰ ਵਿੱਚ ਐਂਟਰੀ ਕਰਦੇ ਹੋਏ ਜ਼ਬਾਨ ਤਾਂ ਤਾਇਆ ਆ ਰਿਹਾ ਗਲਾ ਚੱਕ ਕੇ ਕਿਉਂ ਤਾਇਆ ਹਾਂ ਬਈ ਹਾਂ ਰੈਡੀ ਆ ਕੰਮ ਜਮਾ ਰੈਡੀ ਕੀ ਕਰਨਾ ਹੁਣ ਹੁਣ ਕੱਖ ਕੱਢਾਂਗੇ ਝੋਨੇ ਚੋਂ ਝੋਨੇ ਚੋਂ ਤਾਰੇ ਵੀ ਸੱਟ ਲਏ ਪਿਆ ਜਮਾ ਨੈਣਾ ਦੇਵੀ ਤੇ ਜਾਣਾ ਹੈ ਆਏ ਹਾਏ ਮਾਤਾ ਦੇ ਜ਼ੋਰ ਲੱਗਿਆ ਪੈ ਸਾਰਾ ਪੂਰਾ ਐਂ ਦੀ ਕਰਦਾ ਵੀ ਅੱਜੀ ਭਾਜੀ ਏ ਹੋਰ ਹੂੰ ਜੀ ਤਾਂ ਕਰਦਾ ਹੁਣ ਕੰਮ ਨਵੇੜ ਕੇ ਜਾਵਾਂਗੇ ਹਾਂ ਦੇਖ ਲੈ ਵੀ ਅੱਜ ਕਹੇ ਮੈਂ ਤੈਨੂੰ ਕੱਲ ਨੂੰ ਲੈ ਜੂ ਲੈ ਤਾਂ ਜਾਏਗਾ ਮਗਰ ਫੁੱਲ ਜੁਟੀ ਦਾ ਹਜੇ ਹੈ ਵੀ ਕੁਛ ਨਹੀਂ ਉੱਥੇ ਲੈ ਵੀ ਆ ਝੋਨਾ ਬਣਾ ਇਹ ਚੋਂ ਕੱਖ ਕੱਢਾਂਗੇ ਸਾਰੇ ਚੋਂ ਫਿਰ ਦਿੱਤਾ ਆ ਮੱਲਾ ਮਾਰਦਾ ਝੋਨੇ ਦੇ ਵਿੱਚ ਕਹਿੰਦਾ ਆ ਹਾਂ ਜੀ ਹਾਂ ਦੇਖੀ ਆ ਬੂਝਾ ਜਾ ਕਿਵੇਂ ਜਿਹੜਾ ਹੈਗਾ ਸਾਫੇ ਦਾ ਇਹ ਵੀ ਫਿਰ ਵੱਢਣਾ ਪਊ ਲੰਘ ਹੱਥਾਂ ਦੀ ਤਾਇਆ ਫਿਰ ਇਸ ਹਿਸਾਬ ਨਾਲ ਨਿਗਾ ਮੇਰੀ ਵੱਧਦਾ ਆ ਹਾਂ ਤੇਰੀ ਵੱਧਦਾ ਮੇਰੀ ਘਟ ਗਈ ਹੈ ਮੇਰੀ ਘਟ ਗਈ ਐਨਕ ਨਾਲ ਲਵਾ ਦਈਏ ਐਨਕ ਲਵਾ ਦੋ ਇੱਕ ਨੰਬਰ ਦੀ ਇੱਕ ਨੰਬਰ ਦੀ ਚਲੋ ਬਾਈ ਤਾਂ ਜੀਰੀ ਵਿੱਚ ਆਪਣੀ ਤਾਂ ਪਾਣੀ ਵੱਧ ਖੜ ਗਿਆ ਝੋਨੇ 'ਚ
ਕਿਤੋਂ ਕਿਤੋਂ ਜਿਹੜੀ ਵਿਲ ਹੀ ਹੋ ਗਈ, ਮੁੜ ਕੇ ਹੁਣ ਆਏ ਵੀ ਨਹੀਂ ਅਸੀਂ 15 ਤੋਂ ਟੱਪ ਜਾਂਦੀ ਆ, ਹੈਂ ਸਭ ਤੋਂ ਟੱਪ ਜਾਂਦੀ ਆ, ਹਾਂ ਇਹ ਨਿਕਲੂ ਬਹੁਤ ਪਰ ਹਾਂ ਤਾਂ ਲੈ ਵੀ ਹੁਣ ਆਪਣਾ ਕੰਮ ਚੱਲ ਪਿਆ। ਗਰਮੀ ਵੀ ਵਾਲੀ ਆ ਅਤੇ ਮੱਛਰ ਵੀ ਵਾਲਾ, ਮੱਛਰ ਵੀ ਦੰਦੀਆਂ ਵੱਢਦਾ ਖਾਂਦਾ ਪੂਰਾ। ਇਹ ਮਿੱਤਰੋ 10 ਵੱਜ ਗਏ, 10 ਵਜੇ ਵਾਟਰ ਬ੍ਰੇਕ ਹੋ ਗਈ ਸਾਡੀ, ਨਾਲੇ ਪੀਵਾਂਗੇ ਚਾਹ। ਟੀ ਬ੍ਰੇਕ ਵੀ ਆ ਅਤੇ ਵਾਟਰ ਬ੍ਰੇਕ ਵੀ ਆ, ਇਕੱਠੀ ਹੁੰਦੀ ਆ ਅਤੇ ਕੰਮ ਆਪਣਾ ਆਹ ਨਿਬੜਨ ਵਾਲੀ ਆ। ਇੱਕ ਫਾਂਟ ਰਹਿ ਗਈ ਤਾਂ ਕਹਿੰਦਾ ਵੀ ਆਹ ਫਾਂਟ ਲਾ ਕੇ ਆਪਾਂ ਉੱਧਰੋਂ ਮੁੜ ਕੇ ਨਹੀਂ ਆਉਂਦੇ, ਤਾਂ ਜਿਹੜਾ 1.5 ਕਿੱਲੋ ਵੀ ਕੱਢ ਕੇ ਆਵਾਂਗੇ। ਇੱਕ ਤਾਂ ਚੱਲ ਐਂ ਵੀ ਕੰਮ ਵੀ ਨਿਬੜਦਾ, ਉਹ ਵੀ ਠੀਕ ਆ ਵੀ ਚੱਲ ਛੇਤੀ ਕੰਮ ਨਿਬੜ ਜਾਂਦਾ ਹੈ ਨਾ, ਫਿਰ ਇਹ ਵੀ ਸੱਟਣਾ ਇਹ 'ਚ। ਇੱਕ ਜਿਹੜੀ ਮੇਨ ਚਾਹਣਾ ਸਾਨੂੰ, ਮੇਨ ਚਾਹਣਾ ਸਾਨੂੰ ਨੇੜਾ ਦੇਵੀ ਜਾਣ ਦੀ ਆ ਵੀ ਉਹਦੇ ਨੂੰ ਕੋਈ ਕੰਮ ਨਾ ਅੜ ਜੇ, ਕਿਉਂ ਤਾਂ ਹਾਂਜੀ ਹਾਂ ਐਨ ਮਾਰੋ ਮਾਰੇ ਫੁੱਲਾਂ 'ਤੇ ਆ, ਕੱਟ ਫੁੱਲਾਂ 'ਤੇ ਆ, ਕੱਟੋ ਫੁੱਲਾਂ 'ਤੇ ਕੰਮ ਲੱਗਦੀ ਆ, ਗਰਮੀ ਤੋਂ ਕੰਮ 'ਤੇ ਰਹੇ ਆ ਤਾਂ ਹੁਣ ਤਾਂ ਠੰਡਾ ਪਾਣੀ ਵੀ ਐਂ ਲੱਗਦਾ ਹੈ ਨਾ ਘਿਓ ਵਰਗਾ, ਹੈਂ ਘਿਓ ਵਰਗਾ ਤਾਂ ਲੱਗੂ ਕਿ ਜਦੋਂ ਪੀਂਦੇ 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 ਆ, ਜਦੋਂ ਤੇਲ ਲੱਗੀ ਹੁੰਦੀ ਆ ਪੂਰੀ ਪਾਣੀ ਪੀਣ ਦਾ ਸਵਾਦ ਵੀ ਉਦੋਂ ਹੀ ਆਉਂਦਾ ਹੈ। ਤਾਂ ਕੈਂਪਰ ਸਾਡੇ ਕੋਲ ਘੰਟਾ ਕੀ ਕਰਦਾ ਇਹ ਗੱਲ ਕਰ, ਕੈਂਪਰ ਛੋਟਾ ਗਾ, ਕੱਲ੍ਹ ਤੋਂ ਵੱਡਾ ਕੈਂਪਰ ਲੈ ਕਰੀਏ, ਆਪਣੇ ਦਿਨ 2 ਹੀ ਲੱਗਣਗੇ ਹੁਣ ਇੱਥੇ ਕੱਖਾਂ ਵਾਲਾ ਚੱਕਾਂਗੇ 20 ਲੀਟਰ ਵਾਲਾ, 20 ਲੀਟਰ ਵਾਲਾ ਪਰ ਜਦੋਂ ਆਪਾਂ ਬਾਕੀ ਫਿਰ ਘੰਟਾ ਮੁੜਦੇ ਵੀ ਨਹੀਂ ਨਾ, ਹਾਂ ਡੌਂਗਾ ਲਿਆ ਕੇ ਚਾਰ ਵਿੱਚ ਪਾ ਕੇ ਬਰਫ਼ ਦੇ 20 ਲੀਟਰ ਵਾਲੇ 'ਚ ਧਰਦਾ, ਫਿਰ ਇੱਥੋਂ ਦਾ ਕੱਖਾਂ ਵਿੱਚ ਕਬਰੀ 'ਚ ਲੈ, ਠੀਕ ਹੈ ਫਿਰ ਉਹ 'ਚ ਗਰਮ ਵੀ ਨਹੀਂ ਹੁੰਦਾ। ਉਹਨਾਂ ਕੰਪਨੀ ਦਾ 900 ਦਾ ਆਇਆ ਸੀ ਉਹ ਹੈ ਪੂਰਾ ਕੱਦੂ ਚਵੇਲਾ ਹਰੀਆਂ ਹੋ ਗਈਆਂ, ਮਿੱਟੀ ਦੀ ਲੋੜ ਨੀ ਪਈ, ਓਏ ਆ ਤਾਂ ਕਮਾਲ ਹੋ ਗਈ ਯਾਰ, ਕੱਦੂ ਪਾੜ ਗਿਆ ਵਿਚਾਲੋ ਦੇਖੀ, ਉਹ ਤਾਂ ਵੇਲਾਂ ਨੇ ਵਾੜਿਆ ਹੋਰ ਦੋਵੇਂ ਪਾਸਿਓ, ਦੋਹਾਂ ਪਾਸਿਓ ਇਹਦੇ ਵਿੱਚੋਂ ਕੱਖ ਆਪਾਂ ਕੱਢ ਦੇਣੇ ਆ, ਇਹ ਕੱਦੂ ਖਵਾਉਣਗੀਆਂ, ਹਾਂ ਪਾਣੀ ਪੈਂਦਾ ਕਰ ਦਾਂਗੇ ਇਹਨਾਂ 'ਚ ਗੁੱਡ, ਪਰ ਇਸ ਤਰ੍ਹਾਂ ਵੇਲਾ ਕਿਤੇ ਦੇਖੀ ਨੀ ਹਰੀਆਂ ਹੋਈਆਂ ਨਾ, ਅਕੇਲੇ ਨੇ ਅਕੇਲੇ ਅਕੇਲੇ ਕਰ, ਹਾਂ ਐਵੇਂ ਕੋਈ ਦਿਖਾਵੇ ਇਸ ਤਰ੍ਹਾਂ ਵੇਲਾ ਕੱਦੂ ਹੋਈਆਂ, ਲੈ ਵੀ ਦੇਖੋ ਕੱਦੂ ਪਾੜ ਕੇ ਕੱਦੂ ਦੇ ਵਿੱਚੋਂ ਵੇਲਾਂ ਨਿਕਲੀਆਂ ਨੇ, ਜਿਹਨੇ ਕਹਿੰਦਾ ਵੀ ਸਾਬਤ ਕੱਦੂ ਪਿਆ ਸੀਗਾ ਬਚਾਓ ਪਾੜ ਕੇ ਵੇਲਾਂ ਹਰੀਆਂ ਮੈਂ ਤੇਰਾ ਕੈਂਪ ਡਿੱਗੂਗਾ, ਕੱਦੂ ਪਾੜ ਕੇ ਆਪਦੀਆਂ ਵੇਲਾਂ ਆ ਗਈਆਂ ਬਾਰੇ ਵਜੇ ਕੰਮ ਆਪਣਾ ਫਾਈਨਲ ਹੋ ਗਿਆ ਬਾਈ। ਤਾਂ ਇੱਥੋਂ ਆਪਾਂ 2-3 ਸਾਢੇ 3 ਕਿੱਲਿਆਂ ਦੇ ਕੱਖ ਕੱਢੇ ਨੇ, ਕੱਖ ਸੀ ਨਜਾਇਜ਼, ਹੁਣ ਜਿਹੜੇ ਆਪਣੇ ਕੋਲ 5.5 ਕਿੱਲੇ ਰਹਿ ਗਏ ਉਹ 'ਚ ਕੁਛ ਵੀ ਨਹੀਂ ਹੈਗਾ, ਉਹ ਸਾਰਾ 2-3 ਘੰਟਿਆਂ ਦੀ ਕੰਮ ਹੈ। ਸੋ ਜਿਹੜਾ ਵੱਡਾ ਕੰਮ ਸੀ ਉਹ ਆਪਣਾ ਹੋ ਗਿਆ ਫਾਈਨਲ, ਤਾਂ ਹੁਣ ਹੱਥ ਪੈਰ ਧੋ ਕੇ, ਕਿਉਂ ਤਾਂ ਇਹ ਹੋ ਗਿਆ ਆਪਣਾ ਇੱਧਰ ਲੱਕੀ ਐਨ ਕਰਤਾ ਓਕੇ ਮਾਤਾ ਦੇ ਹੁਕਮ ਨਾਲ ਓਕੇ, ਅਤੇ ਹੁਣ ਆਪਣੇ 4.5 ਕਿੱਲੇ ਰਹਿ ਗਏ ਉਹ 'ਚ ਕੱਖ ਹੈ ਨਹੀਂ, ਗੇੜਾ ਤਾਂ ਦੇ ਦਾਂਗੇ ਪਰ ਉਹ 'ਚ ਹੈ ਹੀ ਨਹੀਂ, ਜਿਹਦੇ ਜ਼ਿਆਦਾ ਬੁੱਝੇ ਤੀ ਉਹ ਨਿਮੇੜਤਾ ਕੰਮ। ਤਾਂ ਅੱਜ ਠੰਡ ਵੀ ਹੈ, ਮੌਸਮ ਵੀ ਬਹੁਤ ਸੋਹਣਾ, ਬੱਦਲਬਾਈ ਹੋ ਰਹੀ ਹੈਗੀ, ਸੋ ਹੁਣ ਬਸ ਇਕੱਲੇ ਰੇਹ ਦਾ ਕੰਮ ਰਹਿ ਜੂਗਾ, ਰੇਹ ਪਊਟ ਆਇਆ ਤਾਂ ਹੁਣ ਜਾ ਕੇ ਆਪਾਂ ਸਾਹਮਣੇ ਡੰਗਰ ਪਸੋ। ਆਪਣਾ ਅੱਜ ਦਾ ਬਲੌਗ ਆਪਣਾ ਇੱਥੇ ਰੱਖ ਦੀ ਵੀਡੀਓ ਵਧੀਆ ਲੱਗੀ, ਲਾਈਕ ਕਰੋ, ਸ਼ੇਅਰ ਕਰੋ, ਚੈਨਲ 'ਤੇ ਨਵੇਂ ਹੋ ਸਬਸਕ੍ਰਾਈਬ ਕਰ ਦਿਓ, ਸੋ ਓਕੇ ਗਾਇਜ਼ ਬਾਏ ਬਾਏ।